ਇਹਦੇ ਨਾਲ ਬੇਟਾ ਮੂੰਹ ਤੇ ਇੱਕ ਵਾਰੀ ਵੈਸੇ ਤੁਸੀਂ ਜਦ ਲਗਾਓਗੇ ਜਿਵੇਂ ਫਾਊਂਡੇਸ਼ਨ ਲਗਾ ਕੇ ਅਸੀਂ ਬਾਹਰ ਜਾਂਦੇ ਹਾਂ ਆਪਣੇ ਆਪ ਨੂੰ ਥੋੜ੍ਹਾ ਵੀ ਸੁੰਦਰ ਲੱਗੀਏ, ਇਹਦੇ ਨਾਲ ਬੇਟਾ ਚਿਹਰਾ ਵੀ ਤੁਹਾਡਾ ਸੁੰਦਰ ਲੱਗੇਗਾ, ਗੋਰਾ ਵੀ ਹੌਲੀ ਹੌਲੀ ਹੋਣ ਲੱਗ ਜਾਏਗਾ ਅਤੇ ਇਹ ਸਕਿਨ ਨੂੰ ਬਹੁਤ ਜਿਹੜੇ ਤੁਹਾਡੇ ਮੂੰਹ 'ਤੇ ਜਿਵੇਂ ਦਾਗ ਧੱਬੇ ਨੇ ਉਹਨਾਂ ਨੂੰ ਵੀ ਠੀਕ ਕਰੇਗਾ ਅਤੇ ਜਿਹੜੇ ਪਿੰਪਲ ਨੇ ਨਾ ਉਹਨਾਂ ਨੂੰ ਠੀਕ ਕਰੇਗਾ, ਪਿੰਪਲ ਹੋਣ ਵੀ ਨਹੀਂ ਦੇਗਾ। ਇਹ ਹਰ ਇੱਕ ਤਰ੍ਹਾਂ ਦੀ ਸਕਿਨ ਵਾਸਤੇ ਬੇਟਾ ਬਹੁਤ ਅੱਛੀ ਹੈ, ਕੋਈ ਵੀ ਚੀਜ਼ ਇਹਦੀ ਐਸੀ ਨਹੀਂ ਜੋ ਸਕਿਨ ਨੂੰ ਖਰਾਬ ਕਰੇਗੀ। ਇਹ ਦੇਖੋ ਸਾਡੀ ਬਹੁਤ ਹੀ ਅੱਛੀ ਦੇਖੋ ਕਰੀਮ ਬਣ ਗਈ ਹੈ। ਸਤਿ ਸ਼੍ਰੀ ਅਕਾਲ ਜੀ, ਨਮਸਤੇ, ਬਹੁਤ ਬਹੁਤ ਪਿਆਰ, ਹੱਸਦੇ ਰਹੋ, ਵਸਦੇ ਰਹੋ, ਸਦਾ ਖੁਸ਼ ਰਹੋ। ਚਲੋ ਬੇਟਾ ਹੁਣ ਅਸੀਂ ਸ਼ੁਰੂ ਕਰਨੇ ਹਾਂ। ਇੱਕ ਮੇਰੀ ਰਿਕੁਐਸਟ ਹੈ ਬੇਟਾ, ਕੋਈ ਵੀ ਚੀਜ਼ ਚਾਹੇ ਅਸੀਂ ਬਿਲਕੁਲ ਨੈਚੁਰਲ ਚੀਜ਼ ਲੈਂਦੇ ਹਾਂ, ਪਰ ਕਈ ਵਾਰੀ ਨੈਚੁਰਲ ਚੀਜ਼ ਵੀ ਜਿਵੇਂ ਕਹਿ ਦੇ ਨਾ ਕਿਸੇ ਵਾਸਤੇ ਮਾਂ ਸਵਾਦੀ ਅਤੇ ਕਿਸੇ ਵਾਸਤੇ ਬਾਦੀ। ਇਸ ਵਾਸਤੇ ਬੇਟਾ ਉਹਨੂੰ ਪਹਿਲੇ ਟੈਸਟ ਜ਼ਰੂਰ ਕਰਨਾ ਕੰਨ ਦੇ ਪਿੱਛੇ ਲਗਾ ਕੇ, ਉਸ ਤੋਂ ਬਾਅਦ ਤੁਸੀਂ ਉਸਨੂੰ ਯੂਜ਼ ਕਰਨਾ। ਅਸੀਂ ਪਾਰਟ 1 ਬਣਾਵਾਂਗੇ। ਪਾਰਟ 1 ਵਿੱਚ ਅਸੀਂ ਕੀ ਕਰਨਾ ਬੇਟਾ, ਇਹ ਕੈਲਾਮਾਈਨ ਹੈ ਬੇਟਾ, ਇਹਦੇ 'ਚ ਬੇਟਾ ਕਲੇ ਹੈ ਔਰ ਜਿੰਕ ਆਕਸਾਈਡ ਹੈ ਇਹਦੇ 'ਚ, ਜੋ ਸਾਨੂੰ UV ਅਲਟਰਾ ਰੇਜ ਜਿਹੜੀਆਂ ਸੂਰਜ ਦੀਆਂ ਨੇ ਉਹਨਾਂ ਤੋਂ ਪ੍ਰੋਟੈਕਟ ਕਰਦਾ ਹੈ, ਬਚਾਉਂਦਾ ਹੈ। ਇਹ ਬਹੁਤ ਹੀ ਸਕਿਨ ਵਾਸਤੇ ਅੱਛੀ ਚੀਜ਼ ਹੈ। ਕਈ ਵਾਰੀ ਐਲਰਜੀ ਜੀ ਹੋ ਜਾਂਦੀ ਹੈ, ਖਾਰਿਸ਼ ਬੜੀ ਹੋਣ ਲੱਗ ਪੈਂਦੀ ਹੈ, ਉਸ ਚੀਜ਼ ਵਾਸਤੇ ਬਹੁਤ ਅੱਛਾ ਹੈ। ਤੁਹਾਡੀ ਸਕਿਨ ਦੇ ਉੱਤੇ ਪੋਰਸ ਜਿਹੜੇ ਨਾ ਜਿਸ ਚੀਜ਼ ਨਾਲ ਬੰਦ ਹੁੰਦੇ ਨੇ ਉਹਨਾਂ ਦੇ ਉੱਪਰ ਜਦੋਂ ਲੱਗ ਜਾਂਦਾ ਤਾਂ ਉਹਨਾਂ ਤੋਂ ਵੀ ਪ੍ਰੋਟੈਕਟ ਕਰਦਾ ਹੈ। ਮਤਲਬ ਇਹ ਹੈ ਕਿ ਜੋ ਤੁਹਾਡੀ ਪੁਰਾਣੀ ਖਰਾਬ ਹੋਈ ਸਕਿਨ ਹੈ ਉਸਨੂੰ ਠੀਕ ਕਰੇਗਾ ਅਤੇ ਅੱਗੋਂ ਸਕਿਨ ਖਰਾਬ ਨਹੀਂ ਹੋਣ ਦੇਗਾ। ਇਹ ਹੈ ਸਾਡਾ ਨੰਬਰ 1 ਇਨਗਰੀਡੀਐਂਟ। ਨੰਬਰ 2 ਹੈ ਬੇਟਾ ਜਿਹੜਾ ਸਾਡਾ ਇਨਗਰੀਡੀਐਂਟ, ਐਲੋਵੀਰਾ ਜੈਲ। ਨੰਬਰ 3 ਇਨਗਰੀਡੀਐਂਟ ਹੈ ਅਰਾਰੂਟ, ਔਰ ਨੰਬਰ 4 ਇਨਗਰੀਡੀਐਂਟ ਹੈ ਬੇਟਾ ਗੁਲਾਬ ਜਲ। ਇਹ 4 ਇਨਗਰੀਡੀਐਂਟ ਅਸੀਂ ਪਾਰਟ 1 ਵਿੱਚ ਯੂਜ਼ ਕਰਾਂਗੇ ਜੋ ਅਸੀਂ ਫਾਊਂਡੇਸ਼ਨ ਬਣਾ ਰਹੇ ਹਾਂ। ਹੁਣ ਮੈਂ ਤੁਹਾਨੂੰ ਬੇਟਾ ਬਣਾਉਣਾ ਦੱਸਾਂਗੀ। ਸਭ ਤੋਂ ਪਹਿਲਾਂ ਬੇਟਾ ਕੈਲਾਮਾਈਨ ਜਿਹੜਾ ਹੈ ਉਹ ਮੈਂ ਪਹਿਲੀ ਪਾ ਕੇ ਰੱਖਿਆ। ਇਹ ਕੈਲਾਮਾਈਨ ਹੈ ਬੇਟਾ, ਇਹ ਤੁਸੀਂ ਮਾਰਕੀਟ ਤੋਂ ਕੈਮਿਸਟ ਦੀ ਦੁਕਾਨ ਤੋਂ ਮਿਲ ਜਾਏਗਾ। 50 ਗ੍ਰਾਮ ਦੀ, 100 ਗ੍ਰਾਮ ਦੀ, 20 ਗ੍ਰਾਮ ਦੀ, ਜਿਤਨੀ ਵੀ ਤੁਸੀਂ ਲੈਣੀ ਹੋਏਗੀ ਤੁਹਾਨੂੰ ਮਿਲ ਜਾਏਗੀ। ਇਹ ਇਸ ਤਰ੍ਹਾਂ ਇਹ ਕਲੇ ਵਾਲੀ, ਇਹਨੂੰ ਕਲੇ ਹੀ ਦੀ ਹੈਗੀ ਹੈ, ਵੈਸੇ ਇਹਨੂੰ ਕੈਲੇਮਾਈਨ ਬੋਲੋਗੇ ਤਦ ਮਿਲੇਗੀ। ਔਰ ਇਹ ਤੁਸੀਂ ਬਾਜ਼ਾਰੋਂ ਲੈ ਸਕਦੇ ਹੋ ਔਰ ਘਰ ਵਿੱਚ ਰੱਖ ਸਕਦੇ ਹੋ, ਇਹ ਬੜੀ ਯੂਸਫੁੱਲ ਹੈ। ਇਹ ਅਸੀਂ 2 ਚਮਚ ਲਈ ਹੈ ਬੇਟਾ, ਮੈਂ ਪਹਿਲੇ ਪਾ ਲਈ ਹੈ। ਇਸ ਤੋਂ ਬਾਅਦ ਬੇਟਾ ਅਸੀਂ ਕੀ ਕਰਨਾ, 2 ਚਮਚ ਅਸੀਂ ਲੈਣੇ ਨੇ ਐਲੋਵੀਰਾ ਜੈੱਲ ਬੇਟਾ ਲਈ ਹੈ। ਇਹ ਦੇਖੋ ਐਲੋਵੀਰਾ ਜੈੱਲ, ਇਹ ਅਸੀਂ ਪਹਿਲੇ 2 ਚਮਚ ਪਾਏ ਸੀ, ਇਹ ਵੀ ਇਹਦੇ 'ਚ ਮਿਲਾ ਦਿਆਂਗੇ ਅਸੀਂ। ਮੈਂ ਵੀਡੀਓ ਤੁਹਾਡਾ ਲੰਬਾ ਨਾ ਹੋਏ ਇਸ ਕਰਕੇ ਪਹਿਲੇ ਪਾ ਕੇ ਰੱਖੀ ਬੇਟਾ। ਇਸ ਦੇ ਵਿੱਚ ਅਸੀਂ ਕੀ ਕਰਾਂਗੇ ਬੇਟਾ, ਇਹ ਅਰਾ ਰੂਟ ਜਿਹੜਾ ਮੈਂ ਤੁਹਾਨੂੰ ਦਿਖਾਇਆ ਸੀ ਬਹੁਤ ਥੋੜ੍ਹਾ ਜਿਹਾ ਬੇਟਾ, ਇਹ ਛੋਟਾ ਚਮਚਾ ਜਿਹੜਾ ਨਾ, ਬਿਲਕੁਲ ਛੋਟਾ ਜਿਹਾ ਚਮਚਾ ਬੇਟਾ, ਇਹ ਅੱਧਾ ਚਮਚ। ਹੋਰ ਇਹਦੇ ਵਿੱਚ ਅਸੀਂ ਇੱਕ ਚੀਜ਼ ਹੋਰ ਪਾਉਣੀ ਹੈ, ਉਹ ਸਾਡਾ ਹੈ ਗੁਲਾਬ ਜਲ ਬੇਟਾ, ਕਿਉਂਕਿ ਗੁਲਾਬ ਦੀ ਖੁਸ਼ਬੂ ਆਉਂਦਿਆਂ ਹੀ ਨਾ ਬੰਦੇ ਅੰਦਰੋਂ ਹੀ ਖਿਲ ਜਾਂਦਾ ਹੈ। ਮਤਲਬ ਇਤਨੀ ਸੁੰਦਰ ਇਹਦੀ, ਜਦੋਂ ਤੁਸੀਂ ਮੂੰਹ 'ਤੇ ਲਗਾਓਗੇ ਤੁਹਾਨੂੰ ਬਹੁਤ ਹੀ ਅੱਛਾ ਲੱਗੇਗਾ ਔਰ ਫਾਇਦੇਮੰਦ ਵੀ ਬਹੁਤ ਹੁੰਦਾ। ਇਹ 1 ਚਮਚ ਪਾਵਾਂਗੇ ਬੇਟਾ ਅਸੀਂ, ਇਹ ਦੇਖੋ 1 ਚਮਚ ਹੈ, ਇਹ ਪਾ ਦਿੱਤਾ। ਹੁਣ ਅਸੀਂ ਇਸ ਨੂੰ ਅੱਛੀ ਤਰ੍ਹਾਂ ਮਿਕਸ ਕਰਾਂਗੇ। ਇੱਕ ਕਰੀਮ ਬਣ ਜਾਏਗੀ ਬਹੁਤ ਅੱਛੀ ਲਾਈਟ ਪਿੰਕ ਕਲਰ ਦੀ। ਬਿਲਕੁਲ ਅੱਛੀ ਤਰ੍ਹਾਂ ਇਹਨੂੰ ਮਿਕਸ ਕਰਨਾ ਬੇਟਾ। ਜਦੋਂ ਤੁਸੀਂ ਲਗਾਉਣੀ ਹੈ ਬੇਟਾ ਇਹਨੂੰ ਬਹੁਤ ਸੁੰਦਰ ਜਿਹੀਆਂ ਬੇਟਾ ਸ਼ੀਸ਼ੀਆਂ 'ਚ ਪਾ ਕੇ ਰੱਖਣਾ। ਤੁਸੀਂ ਇਹਨੂੰ ਬਾਹਰ ਵੀ ਰੱਖ ਸਕਦੇ ਹੋ, ਤੁਸੀਂ ਇਹਨੂੰ ਫਰਿੱਜ 'ਚ ਵੀ ਰੱਖ ਸਕਦੇ ਹੋ, ਉਹ ਤੁਹਾਡੀ ਮਰਜ਼ੀ। ਫਰਿੱਜ 'ਚ ਰੱਖ ਲੈਣਾ ਤਾਂ ਹੋਰ ਅੱਛੀ ਗੱਲ ਹੈ ਬੇਟਾ, ਇਹ ਖਰਾਬ ਨਹੀਂ ਹੋਏਗੀ, 10 ਦਿਨ 15 ਦਿਨ ਚਲਦੀ ਰਹੇਗੀ। ਇਹਨੂੰ ਫਰਿੱਜ 'ਚ ਰੱਖ ਦੇਣਾ, ਮਹੀਨੇ ਤੱਕ ਵੀ ਖਰਾਬ ਨਹੀਂ ਹੋਏਗੀ। ਇਹਦੇ 'ਚ ਕੋਈ ਚੀਜ਼ ਐਸੀ ਹੈ ਨਹੀਂ ਕਿ ਇਹ ਖਰਾਬ ਹੋਏ, ਕਿਉਂਕਿ ਅਸੀਂ ਪਾਣੀ ਵਗੈਰਾ ਕੁਛ ਪਾਇਆ ਨਹੀਂ ਇਸ ਵਾਸਤੇ। ਇਹਦੇ ਨਾਲ ਬੇਟਾ ਮੂੰਹ 'ਤੇ ਇੱਕ ਵਾਰੀ ਵੈਸੇ ਤੁਸੀਂ ਜਦ ਲਗਾਓਗੇ ਜਿਵੇਂ ਫਾਊਂਡੇਸ਼ਨ ਲਗਾ ਕੇ ਅਸੀਂ ਬਾਹਰ ਜਾਂਦੇ ਹਾਂ ਆਪਣੇ ਆਪ ਨੂੰ ਥੋੜ੍ਹਾ ਵੀ ਸੁੰਦਰ ਲੱਗੀਏ, ਇਹਦੇ ਨਾਲ ਬੇਟਾ
चेहरा भी तुहाडा सुंदर लगेगा, गोरा भी हौली हौली होने लग जाएगा। तो ये स्किन नूं बहुत जिहड़े तुहाडे मूँह ते जिवें दाग धब्बे ने उन्हां नूं भी ठीक करेगा, तो जिहड़े पिंपल ने ना उन्हां नूं ठीक करेगा, पिंपल होन भी नहीं देगा। ये हर एक तरह की स्किन वास्ते बेटा बहुत अच्छी है, कोई भी चीज़ यदि ऐसी नहीं जो स्किन नूं खराब करेगी। यह देखो साड़ी बहुत ही अच्छी देखो क्रीम बन गई है। पहले असी एक पार्ट बनाया तो लगानी है, मैं तुहानूं बाद विच दसां किस तरह लगानी। हुण असीं पार्ट टू तैयार करांगे। ये पार्ट टू विच पहला इनग्रीडियंट हैगा है बदाम दा तेल, इहनूं बदाम रोगन भी कहिंदे ने। ये डाबर वालियां दी कंपनी दा साडे कोल हैगा है, असीं ये यूज़ करने हां। यह साडी हैगी है कैस्टर आयल बेटा, छोटी शीशी भी मिलती है, असीं वड्डी मंगवा रखी है क्योंकि असीं इहनूं यूज़ करदे रहिंदे हां। नंबर तीन है गुलाब जल, जो असी स्पैशल गुलाब जल मंगवा रखे है, यही असी यूज़ करने हैं। कोई कंपनी की सानू कोई ये नहीं कि उन्होंने कहा साड़ी यदि ऐड दो, असी आप ही यूज़ किया, ऑनलाइन मंगवाया हुआ अपने वास्ते, सानू अच्छा लगता है। हुण मैं दसांगी ये किवें करना है। ये असी एक चम्मच लेना है गुलाब जल, एक ही चम्मच बेटा लेना है कैस्टर आयल, और एक ही चम्मच बेटा असी लेना है बादाम दा तेल। ये बेटा तीन चीज़ां नूं असी अच्छी तरह मिला के रख लेना, इन्हां सारे दोनों चीज़ां नूं कट्ठा पहल पार्ट वन ते पार्ट टू अलग अलग ही रहनगे, इन्हूं अच्छी तरह बेटा मिला दो, जिन्हूं कहना एक जान। हुण तुसीं की करना, हुण मैं तुहानूं दस्सांगी असी लगानी किवें आ बेटा। पार्ट वन सनस्क्रीन दा सी साडा, ओ मैं लगा के तुहानू दिखावांगी किस तरह लगाना है। तुसी अपने हत्थां ते भी लगा सकते हो, तुसी बाहां ते लगा सकते हो, मेन चेहरे ते लगाओगे ही तुसी। इनू लगाने वास्ते अच्छी तरह पहले अपनी क्रीम नू मिक्स कर लेना बेटा। मिक्स करन तो बाद तुसी थोड़ी जी अपने इस तरह हाथ दे उत्ते लै लो। इनू तुसी की करना जिवें मैं तुहानू दिखा रही हाँ, इस तरह करके तुसी चेहरे ते लगाओगे। देखो अच्छी तरह बेटा इको बारी लगानी, ज़्यादा नहीं एक दूजे के उत्ते थप्पी जानी ना, ऐ लग गई बेटा जिवें साडी। हुण की करना बेटा, कई लोगों तो ज़्यादा क्योंकि अजक मैट जोड़ा चलिया हो ना मेकअप, वह बड़ा रवाज है कि साड़ी कोई सिन तो शाइनिंग नहीं होनी चाहिए, कोई क्रीम नहीं दूजी तरह ऑयल नहीं होना चाहिए, यह बहुत अच्छी लग रही है। लेकिन कई मॉइस्चराइजर चाहिए है, थोड़ा अच्छा स्किन थोड़ी जी मतलब ब्राइट होए शाइनिंग होए, तो वास्ते तुसी की करना है, यह जेडे तेल असी मिलाया ना कैस्टर ऑयल मिलाया, बादाम का तेल मिलाया, गुलाब जल मिलाया, इसनों तुसी थोड़ा जा लै के बेटा ये उपर लगा लेना। अगर तुसी बेटा दोनों चीज़ा लगाना चाहते हो तो तुसी इनू कट्ठा करके भी लगा सकते। देखो हुण ओ थोड़ी तुहानू शाइनिंग चाहिए तो तुहाडे तेरे ते शाइनिंग भी आ जाएगी। देखो और जड़ा बादाम दा तेल है बेटा, जड़ा गुलाब जल है, जड़े कैस्टर आयल है, ये भी सन तो बहुत बचाते हैं, साड़ी स्किन नू प्रोटेक्ट करते ने, इस वास्ते बहुत जरूरी ने। अगर तुसी ए नहीं लगाना चाहते, सिर्फ यही पार्ट लगाना चाहते हो, तुहानू ज़्यादा ऑयली नहीं चाहिए, थोड़ा बहुत शाइनिंग नहीं चाहिए, तुसी मैट मेकअप करना चाहते हो तो सिर्फ यही लगाओगे। लेकिन जो लगाना है इनू अच्छी तरह बेटा मिक्स करके तो अपनी तली तो लैके तो लगाना है, ये नहीं कि लिया ऐद उत्तों उत्तों लै लिया तुसी इनू इस तरह, नहीं बेटा इनू अच्छी तरह मिलाओ, अपनी सुंदर जिहा डब्बियां च पा के रख दो बेटा, ये काफ़ी दिन चलेगी। दोनों नू पार्ट वन पार्ट टू अच्छी तरह वेखना समझना ते लगाना। थैंक यू वेरी मच बेटा, गॉड ब्लैस यू, टेक केयर।